ਸਾਹਿਬ ਦਾ ਇੱਕ ਅੰਗ ਹੈ ਤੇ ਖਿਆਲ ਕਰਿਓ ਜਦੋਂ ਅੰਗ ਹੋਵੇ ਨਾ ਉਹਦੇ ਤੋਂ ਬਿਨਾਂ ਮਨੁੱਖ ਅਪੰਗ ਹੁੰਦਾ ਹੈ। ਹੱਥ ਮੇਰਾ ਅੰਗ ਹੈ ਤੇ ਮੇਰਾ ਹੱਥ ਵੱਢਿਆ ਜਾਏ ਤੁਸੀਂ ਮੈਨੂੰ ਕੀ ਆਖੋਗੇ? ਅਪੰਗ ਹੋ ਗਿਆ। ਜੇ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ ਤੇ ਜਿੱਥੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇ ਨਾਲ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਪੰਗ ਹੈ। ਤੇ ਮੈਂ ਉਸ ਦਿਨ ਸਵਾਲ ਕੀਤਾ ਸੀ ਭਲਿਓ ਤੁਹਾਡੇ ਆਹ ਲਫ਼ਜ਼ ਸੁਣਾਏ ਜਾ ਸਕਦੇ ਨੇ ਪਰ ਮੈਂ ਤੁਹਾਡੇ ਕੋਲ ਪੁੱਛ ਸਕਣਾ ਕਿ ਦਰਬਾਰ ਸਾਹਿਬ ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਕੀ ਆਖੋਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਅਪੰਗ ਲੈ ਸਿੱਖ ਕਦੀ ਸੋਚ ਵੀ ਨਹੀਂ ਸਕਦਾ। ਉਹ ਬਾਰ ਬਾਰ ਇੱਕ ਗੱਲ ਦੁਹਰਾ ਰਹੇ ਨੇ ਕਿ ਸੰਤ ਬਣਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸੰਤ ਬਣਾ ਸਕਦਾ, ਜੇ ਸਿਪਾਹੀ ਬਣਨਾ ਹੋਵੇ ਤਾਂ ਦਸਮ ਗ੍ਰੰਥ ਕੋਲ ਜਾਣਾ ਹੀ ਪਵੇਗਾ। ਔਰ ਮੈਂ ਹੈਰਾਨ ਜੇ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਤੱਥਾਂ ਦੇ ਰੂਪ ਵਿੱਚ ਕਿਉਂ ਰੱਖਣਾ ਚਾਹੁੰਦਾ। ਆ ਚੰਡੀ ਚਿੱਤਰ ਵਿਸ਼ਲੇਸ਼ਣ ਜਿਹੜਾ ਹੈ ਦਸਮ ਗ੍ਰੰਥ ਨੂੰ ਮਾਨਤਾ ਦੇਣ ਵਾਲੇ ਗੁਰੂ ਕਰਕੇ ਮੰਨਣ ਵਾਲੇ ਲੋਕਾਂ ਦੀ ਆਪਣੇ ਵੱਲੋਂ ਛਾਪਿਆ ਹੋਇਆ। ਇਹਦੇ ਲਫ਼ਜ਼ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਉਹ ਆਪਣੀ ਜ਼ਬਾਨੋਂ ਕੀ ਕਹਿੰਦੇ? ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦਾ ਆਖਰੀ ਜੀਵਨ ਕਾਲ ਮੁਗਲਾਂ ਨਾਲ ਯੁੱਧਾਂ ਵਿੱਚ ਬੀਤਿਆ। ਐਸੇ ਦੌਰ ਵਿੱਚ ਉਹਨਾਂ ਦੀ ਵਕਤੀ ਲੋੜ ਖੂਨ ਖੌਲ ਦੇ ਸਿਪਾਹੀਆਂ ਦੀ ਫੌਜ ਤਿਆਰ ਕਰਨਾ ਸੀ। ਇਸ ਸਮੇਂ ਉਹਨਾਂ ਨੂੰ ਵੀਰ ਰਸ ਭਰਪੂਰੀ ਅਦਭੁਤ ਰੌਚਕ ਤੇ ਨਾਟਕੀ ਘਟਨਾ ਕਰਨ ਵਾਲੇ ਬਿਰਤਾਂਤਾਂ ਦੀ ਲੋੜ ਸੀ ਜੋ ਰਿਸ਼ੀ ਮਾਰਕੰਡਾ ਦੇ ਗ੍ਰੰਥ ਵਿੱਚੋਂ ਪੂਰੀ ਹੋਈ। ਉਹ ਆਪ ਮੰਨ ਰਹੇ ਨੇ ਕਿ ਰਿਸ਼ੀ ਮਾਰਕੰਡੇ ਦਾ ਗ੍ਰੰਥ ਮਾਰਕੰਡਾ ਪੁਰਾਣ ਜਿਹੜਾ ਹੈ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਹਾਲਾਂਕਿ ਲਫ਼ਜ਼ ਇਹ ਵਰਤ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਲੋੜ ਸੀ ਉਹਨਾਂ ਦੀ ਕਿ ਵੀਰ ਰਾਸ ਖਾਲਸੇ ਵਿੱਚ ਭਰਨ ਲਈ ਉਹਨਾਂ ਨੂੰ ਮਿਥਿਹਾਸਕ ਉਹਨਾਂ ਕਹਾਣੀਆਂ ਦੀ ਲੋੜ ਸੀ, ਜੰਗਾਂ ਯੁੱਧਾਂ ਦੀਆਂ ਕਹਾਣੀਆਂ ਦੀ ਜਿਹੜੀਆਂ ਮਾਰਕੰਡਾ ਪੁਰਾਣ ਵਿੱਚੋਂ ਪੂਰੀ ਉਹਨਾਂ ਦੀ ਲੋੜ ਹੋਈ ਤੇ ਉਹਨਾਂ ਉਧਰੋਂ ਲੈ ਲਈ। ਤੇ ਮੈਂ ਸਵਾਲ ਕੀਤਾ ਸੀ ਭਲਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦਾਦਾ ਪਿਤਾ ਦੀ ਵੀਰ ਰਸਤਾ ਤੇ ਬਹਾਦਰੀ ਤੇ ਯੋਧਾ ਹੋਣਾ ਭੁੱਲ ਗਿਆ? ਉਹਨਾਂ ਨੂੰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਸੰਤ ਸਿਪਾਹੀ ਦਾ ਕਨਸੈਪਟ ਦਿੰਦੇ ਨੇ ਔਰ ਜਿਨ੍ਹਾਂ ਦੇ ਸੰਬੰਧ ਵਿੱਚ ਭਾਈ ਗੁਰਦਾਸ ਵੀ ਇਹ ਲਿਖਦੇ ਨੇ ਕਿ ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਉਹ ਜਿਹੜਾ ਵੱਡਾ ਯੋਧਾ ਸੀ ਉਦੋਂ ਤੇ ਦਸਮ ਗ੍ਰੰਥ ਹੈ ਹੀ ਨਹੀਂ ਸੀ, ਉਹ ਕਿੱਥੋਂ ਬਣਿਆ? ਉਹਨਾਂ ਨੇ ਜੰਗ ਲੜੇ ਸਾਰੇ ਜਿੱਤੇ, ਗੁਰੂ ਹਰ ਰਾਏ ਸਾਹਿਬ ਨੇ ਜੰਗ ਲੜੇ ਸਾਰੇ ਜਿੱਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਏਡੇ ਮਹਾਨ ਯੋਧੇ ਸਨ ਕਿ ਉਹਨਾਂ ਦਾ ਪਹਿਲਾ ਨਾਂ ਤਿਆਗਮਲ ਸੀ ਤੇ ਤਿਆਗਮਲ ਤੋਂ ਨਾ ਹੀ ਤੇਗ ਬਹਾਦਰ ਇਸ ਗੱਲ ਤੇ ਪਿਆ ਕਿ ਛੋਟੀ 17 ਸਾਲ ਦੀ ਕੇਵਲ ਉਮਰ ਵਿੱਚ ਮੈਦਾਨੀ ਜੰਗ ਅੰਦਰ ਇੰਨੀ ਜੂਝ ਕੇ ਤਲਵਾਰ ਵਾਹੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਪ੍ਰਸੰਨ ਹੋਏ ਤੇ ਕਹਿਣ ਲੱਗੇ, ਬੇਟਾ ਮੈਂ ਤੇ ਸਮਝਦਾ ਸਾਂ ਤੂੰ ਕੇਵਲ ਤਿਆਗਮਲ ਨਹੀਂ ਹੈ, ਮੈਨੂੰ ਨਹੀਂ ਪਤਾ ਸੀ ਤੂੰ ਤੇਗ ਬਹਾਦਰ ਵੀ, ਉਹ ਕਿੱਥੋਂ ਆਈ ਵੀਰ ਰਸਤਾ? ਤੇ ਇਸ ਕਿਤਾਬ ਦੇ ਮੁਤਾਬਕ ਤੇ ਇਹਨਾਂ ਦੀ ਸੋਚ ਦੇ ਮੁਤਾਬਕ ਇਹ ਸਾਬਤ ਹੋਇਆ ਨਾ ਕਿ ਜਿਹਨੂੰ ਅਸੀਂ ਅੱਜ ਵੀ ਕਹਿੰਦੇ ਹਾਂ ਖਾਲਸਾ ਬੜਾ ਬਹਾਦਰ ਹੈ, ਖਾਲਸਾ ਸੰਤ ਸਿਪਾਹੀ ਹੈ, ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਤੇ ਇਹਦਾ ਮਤਲਬ ਅਕਾਲ ਪੁਰਖ ਦੀ ਫੌਜ ਬਣਾਉਣ ਵਾਸਤੇ ਤੇ ਇੰਨੀ ਵੀਰ ਰਸਤਾ ਤੇ ਦੂਰਦਰਸ਼ਤਾ ਤੇ ਸ਼ਕਤੀ ਦੇਣ ਵਾਸਤੇ ਗੁਰੂ ਦਸਮ ਪਾਤਸ਼ਾਹ ਜੀ ਕੋਲ ਆਪਣਾ ਸਿੱਖ ਇਤਿਹਾਸ ਕੋਈ ਨਹੀਂ ਸੀ, ਉਹਨਾਂ ਨੂੰ ਜਾ ਕੇ ਮਾਰਕੰਡੇ ਰਿਸ਼ੀ ਦੀ ਕੋਲ ਉਦਾਹਰਣ ਲੈਣੇ ਪਏ ਸ਼ਕਤੀ। ਉਹ ਨਹੀਂ ਨਿਆਂ ਕਰਨ ਵਾਲੇ, ਉਹ ਨਹੀਂ ਇਨਸਾਫ ਕਰਨ ਵਾਲੇ, ਉਹ ਭਲਿਓ ਦੁਖਾਂਤ ਇੱਥੋਂ ਵਾਪਰ ਰਿਹਾ। ਜੇ ਕੋਈ ਸੱਚ ਦੀ ਸ਼ਬਦ ਦੀ ਵਿਚਾਰ ਕਰਕੇ ਕਿਸੇ ਨਿਆਂ ਤੇ ਖਲੋ ਕੇ ਇਨਸਾਫ ਤੇ ਖਲੋ ਕੇ ਫੈਸਲਾ ਕਰਨ ਵਾਲੇ ਹੋਣ, ਕਿੰਦਾ ਦਿਲ ਨਹੀਂ ਕਰਦਾ ਬੈਠ ਕੇ ਫੈਸਲਾ ਹੋ ਜਾਏ? ਮੈਨੂੰ ਆ ਦਰ ਦਰ ਭਟਕਣ ਦੀ ਤੇ ਹਰ ਥਾਂ ਤੇ ਆਪਣੇ ਜਿਸਮ ਸਰੀਰਕ ਤੌਰ ਤੇ ਵੀ ਆਤਮਕ ਤੌਰ ਤੇ ਵੀ ਖਤਰੇ ਮੁੱਲ ਲੈਣ ਦੀ ਜਦੋਂ ਤਲਵਾਰਾਂ ਚੁੱਕ ਕੇ ਮੈਨੂੰ ਹਰ ਵਕਤ ਧਮਕੀਆਂ ਮਿਲ ਰਹੀਆਂ ਨੇ, ਬੁਢੇਪੇ ਦੀ ਮੇਰੀ ਉਮਰ ਹੈ 70 ਸਾਲ ਦੇ ਕਰੀਬ ਆ, ਉਹਨਾਂ ਸਾਥ ਸਰੀਰ ਨਹੀਂ ਦੇ ਰਿਹਾ, ਫਿਰ ਵੀ ਦਰ ਦਰ ਤੇ ਭਟਕੇ ਇੱਕੋ ਗੱਲ ਕਹਿ ਰਿਹਾ ਆਪਣੇ ਗੁਰੂ ਦਾ ਸ਼ਬਦ ਪਛਾਣੋ। ਜੇ ਕੋਈ ਸ਼ਬਦ ਦੀ ਪਛਾਣ ਕਰਕੇ ਫੈਸਲਾ ਕਰਨ ਵਾਲਾ ਹੋਵੇ ਕੋਈ ਝਗੜਾ ਹੀ ਨਹੀਂ, ਵਿਚਾਰ ਵਿੱਚ ਕਦੀ ਤਕਰਾਰ ਨਹੀਂ ਜੇ ਹੁੰਦਾ, ਤਕਰਾਰ ਵਿੱਚ ਤਲਵਾਰ ਪੈਦਾ ਹੁੰਦੀ ਹੈ।
ਵਿਚਾਰ ਵਿੱਚੋਂ ਕਦੀ ਤਕਰਾਰ ਨਹੀਂ ਪੈਦਾ ਹੁੰਦਾ। ਜਦੋਂ ਵੀ ਅਰਦਾਸ ਜਿਹੜਾ ਅਕਾਲ ਤਖ਼ਤ ਸਾਹਿਬ ਗਿਆ ਸੀ, ਜਦੋਂ ਇਹਨਾਂ ਨੇ ਮਸਲਾ ਖੜਾ ਕੀਤਾ, ਸਪਸ਼ਟੀਕਰਨ ਦਿਓ, ਲੈ ਕੇ ਗਿਆ, ਹਾਲਾਂਕਿ ਧਮਕੀਆਂ ਵੀ ਮਿਲੀਆਂ, ਡਰਾਇਆ ਵੀ ਗਿਆ ਕਿ ਆਏਗਾ ਤਾਂ ਮਾਰ ਦਿਆਂਗੇ, ਪਰ ਹਾਜ਼ਰ ਹੋਇਆ। ਤੁਸੀਂ ਬਾਹਰ ਫੋਟੋ ਦੇਖੀ ਹੈ, ਉਸ ਟਾਈਮ ਦੀ ਫੋਟੋ ਲੱਗੀ ਹੋਈ, ਫੋਟੋਆਂ ਛਪ ਗਈਆਂ, ਪੇਪਰਾਂ ਵਿੱਚ ਛਪ ਗਈਆਂ, ਵੀਡੀਓ ਟੇਪਾਂ ਬਣ ਗਈਆਂ। ਹਾਜ਼ਰ ਹੋਇਆ ਕਿਉਂਕਿ ਸਵਾਲ ਇਹ ਸੀ, ਮੈਂ ਕਹਿੰਦਾ ਸਾਂ ਵਿਚਾਰ ਕਰੋ, ਆਓ ਵਿਚਾਰ ਕਰੋ ਅਤੇ ਸੰਗਤ ਦੇ ਸਾਹਮਣੇ ਕਰੋ, ਤਾਂ ਕਿ ਜਿਸ ਕੌਮ ਦਾ ਮਸਲਾ ਹੈ, ਮੇਰਾ ਵਿਅਕਤੀਗਤ ਮਸਲਾ ਨਹੀਂ, ਸਾਰੀ ਕੌਮ ਨੂੰ ਪਤਾ ਹੋਵੇ। ਸਾਹਮਣੇ ਵਿਚਾਰ ਕਰਨ ਲਈ ਆਉਣਾ ਨਹੀਂ, ਅਤੇ ਤਲਵਾਰਾਂ ਅਤੇ ਤਕਰਾਰ ਨਾਲ ਧਮਕੀਆਂ ਦੇ ਕੇ ਡਰਾ ਕੇ ਜ਼ਬਾਨ ਬੰਦ ਕਰਨੀ, ਆਖੋ ਆਖਰ ਸੋਚੋ ਇਹ ਕਿੱਥੋਂ ਦਾ ਨਿਆਂ ਹੈ। ਅਤੇ ਜਿੱਥੇ ਨਿਆਂ ਨਹੀਂ ਹੋਏਗਾ, ਇਨਸਾਫ ਨਹੀਂ ਹੋਏਗਾ, ਉੱਥੇ ਝਗੜੇ ਖੜੇ ਹੋਣਗੇ ਸਾਡੇ ਸਾਹਮਣੇ। ਜਦੋਂ ਅਸੀਂ ਦੇਖਦੇ ਹਾਂ ਤਾਂ ਹੈਰਾਨ ਰਹਿ ਜਾਈਦਾ, ਆਪਣੇ ਵੱਲੋਂ ਜਿਹੜਾ ਇਹਨਾਂ ਨੇ ਪਹਿਲਾਂ ਇਲਜ਼ਾਮ ਲਾਇਆ, ਉਹਦੇ ਪ੍ਰਤੀ ਜੋ ਬੇਨਤੀ ਕੀਤੀ ਉਹਦੇ 'ਚ ਲਿਖਿਆ ਕਿ ਭਲਿਓ ਆਹ ਦੇਖ ਲਓ ਜੋ ਕੁਝ ਮੈਂ ਕਹਿ ਰਿਹਾ, ਮੈਂ ਤਾਂ ਇਹ ਕਹਿ ਕੇ ਕਹਿ ਰਿਹਾ ਨਾ ਕਿ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ, ਇਹ ਕਹਾਣੀਆਂ ਮੇਰੇ ਗੁਰੂ ਨਾਲ ਨਹੀਂ ਜੋੜੀਆਂ ਜਾ ਸਕਦੀਆਂ, ਮੈਨੂੰ ਤਾਂ ਤੁਸੀਂ ਦੋਸ਼ੀ ਠਹਿਰਾ ਰਹੇ ਹੋ। ਅਤੇ ਜਿਹੜੇ ਉਹਨਾਂ ਹੀ ਕਹਾਣੀਆਂ ਨੂੰ ਬਾਕਾਇਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੱਡ ਬੀਤੀ ਆਖ ਰਹੇ ਨੇ, ਉਹਨਾਂ ਨੂੰ ਤੁਸੀਂ ਕੁਛ ਨਹੀਂ ਰਹੇ। ਆ ਪਿਆਰਾ ਸਿੰਘ ਪਦਮ ਦੀ ਬਾਕਾਇਦਾ ਹੂ ਬਹੂ ਲਿਖਤ ਹੈ, ਜਿਹਦੇ ਲਫਜ਼ ਨੇ ਗੁਰੂ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆਂ ਹਨ, ਜੋ ਕਿ ਥਾਂ ਥਾਂ ਆਏ ਹਵਾਲਿਆਂ ਤੋਂ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਰਿੱਤਰ ਹਨ, ਜਿਵੇਂ 16 ਨੰਬਰ, 21 ਨੰਬਰ, 22 ਨੰਬਰ ਅਤੇ 23 ਨੰਬਰ ਅਤੇ 15 ਨੰਬਰ। ਕੱਲ੍ਹ 71 ਨੰਬਰ ਦਾ ਮੈਂ ਤੁਹਾਡੇ ਨਾਲ ਸਾਂਝ ਕੀਤੀ ਸੀ, ਉਹ ਲਿਖ ਰਹੇ ਨੇ। ਇੱਥੇ ਬਸ ਨਹੀਂ, ਗੁਰੂ ਕੀ ਬੇਅਦਬੀ ਵਿੱਚ ਜੋ ਲਫ਼ਜ਼ ਸਾਡੇ ਸਾਹਮਣੇ ਆ ਰਹੇ, ਆਖਰ ਉਹਨਾਂ ਨੂੰ ਤੱਥ ਮਿਲਦੇ ਨੇ। ਆਹ ਹੁਣ ਮੇਰਾ ਲਿਖਿਆ ਹੋਇਆ ਨਹੀਂ, ਇਸ ਦਾ ਨਾਮ ਜੀ ਗੁਰਪ੍ਰੀਤ ਸਿੰਘ ਸਮਰਾ, ਗੁਰਪ੍ਰੀਤ ਸਿੰਘ ਸਮਰਾ। ਉਹ ਆਪਣਾ ਆਰਟੀਕਲ ਲਿਖਦੇ ਆ, ਕਿੱਥੇ ਕਿੱਥੇ ਆਖਾਂ, ਉਹ ਭਲਿਓ ਗੁਰੂ ਕੀ ਬੇਅਦਬੀ ਨੂੰ ਬਚਾਓ, ਉਹ ਇੱਥੋਂ ਤੱਕ ਲਫ਼ਜ਼ ਲਿਖਦਾ, ਤੁਸੀਂ ਪੜ੍ਹ ਕੇ ਵੇਖ ਲਓ, ਵੈਬਸਾਈਟ 'ਤੇ ਜਾ ਕੇ ਦੇਖ ਲਓ। ਉਹ ਲਿਖਦਾ ਅਨੂਪ ਕੌਰ ਗਰਲਫ੍ਰੈਂਡ ਆਫ ਗੁਰੂ ਗੋਬਿੰਦ ਸਿੰਘ ਸਾਹਿਬ। ਕੀ ਇਹਦੇ ਨਾਲ ਉਪਮਾ ਹੋ ਰਹੀ ਹੈ ਗੁਰੂ ਦਸਮ ਪਾਤਸ਼ਾਹ ਜੀ ਦੀ, ਕਿਸੇ ਨੂੰ ਇੰਨਾ ਲਿਖਣ ਦਾ ਅਧਿਕਾਰ ਹੋ ਜਾਏ ਕਿ ਅਨੂਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗਰਲਫ੍ਰੈਂਡ ਲਿਖੇ, ਲਿਖਤ ਰੂਪ ਵਿੱਚ। ਆਖਰ ਤਾਂ ਹੀ ਮਿਲਿਆ ਨਾ, ਜੇ ਇਹ ਸਾਡੇ ਕੋਲ ਗ੍ਰੰਥ ਮੌਜੂਦ ਨੇ ਤਾਂ ਉਹਨਾਂ ਉਹਨੂੰ ਇਹਨੇ ਤੱਥ ਮਿਲੇ, ਜਿਹਨਾਂ ਗ੍ਰੰਥਾਂ ਨੂੰ ਅਸੀਂ ਪੂਜ ਰਹੇ ਹਾਂ ਉਹਨਾਂ ਵਿੱਚੋਂ ਉਹਨਾਂ ਨੇ ਕਹਾਣੀਆਂ ਲਈਆਂ। ਲਿਖਤ ਮੇਰੀ ਨਹੀਂ, ਗੁਰਪ੍ਰੀਤ ਸਿੰਘ ਸਮਰਾ ਦੀ। ਇੱਥੇ ਨਹੀਂ, ਅੱਗੇ ਵਧੋ, ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਦੀਆਂ ਆਪਣੀਆਂ ਵੈਬਸਾਈਟਾਂ 'ਤੇ ਸਰਬਲੋ ਨਾਮ ਦੀ, ਸਰਬਲੋ .org ਨਾਮ ਦੀ, ਇਹਨਾਂ ਦੀ ਨਿਹੰਗਾਂ ਦੀ ਨਾਮ ਥੱਲੇ ਆਪਣੀ ਬਣੀ ਹੋਈ ਵੈਬਸਾਈਟ ਹੈ, ਜਿਹਦੇ ਵਿੱਚ ਉਹੀ ਅਨੂਪ ਕੌਰ ਦੀ ਕਹਾਣੀ ਲਿਖਦਿਆਂ ਇਹਨਾਂ ਨੇ ਇੱਕ ਬੜੀ ਅਯਾਸ਼ ਔਰਤ ਦੇ ਰੂਪ ਵਿੱਚ ਉਹਨੂੰ ਪੇਸ਼ ਕੀਤਾ, ਬਕਾਇਦਾ ਫੋਟੋ ਛਾਪੀ ਅਤੇ ਥੱਲੇ ਲਿਖਿਆ ਇਹ ਅਨੂਪ ਕੌਰ ਦੀ ਫੋਟੋ ਹੈ। ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਲ ਸੰਬੰਧਿਤ ਕੀਤੀ ਜਾਣ ਵਾਲੀ ਕਹਾਣੀ ਵਿੱਚ ਇਸ ਕਿਸਮ ਦੀਆਂ ਅਯਾਸ਼ੀ ਪਹਿਰਾਵੇ ਵਾਲੀਆਂ ਔਰਤਾਂ ਨੂੰ ਨਾਲ ਜੋੜਿਆ ਜਾਏ, ਫਿਰ ਅਸੀਂ ਆਖ ਰਹੇ ਹਾਂ ਅਸੀਂ ਗੁਰੂ ਕੀ ਅਦਮ ਕਰ ਰਹੇ ਹਾਂ, ਵਡਿਆਈ ਕਰ ਰਹੇ ਹਾਂ। ਲਿਖਤੀ ਰੂਪ ਚੀਜ਼ਾਂ ਨੇ, ਇਹਨਾਂ ਦੇ ਸਾਹਮਣੇ ਲੈ ਕੇ ਗਿਆ, ਭਲਿਓ ਬੈਠੋ ਵਿਚਾਰ ਕਰੋ, ਸਾਹਮਣੇ ਬੈਠ ਕੇ ਵਿਚਾਰ ਕਰਨੀ ਨਹੀਂ, ਸਾਹਮਣੇ ਬੈਠ ਕੇ ਫੈਸਲੇ ਕਰਨੇ ਨਹੀਂ। ਅਤੇ ਧਮਕੀਆਂ ਦੇਣੀਆਂ ਨੇ, ਇਹਦੀ ਆਵਾਜ਼ ਬੰਦ ਕਰੋ। ਉਹ ਕਿਉਂ ਦੇਣੀਆਂ ਨੇ? ਕਿਉਂਕਿ ਉਸ ਗ੍ਰੰਥ ਦੀ ਪੂਜਾ ਇਹ ਚਾਹੁੰਦੇ ਨੇ, ਦੋ ਤਾਂ ਸਿੱਧੇ ਰੂਪ 'ਚ ਕਰਾ ਰਹੇ ਨੇ, ਦੋ ਉਹਨਾਂ ਦੇ ਨਾਲ ਹਮਾਇਤੀ ਨੇ। ਹੁਣ ਸੋਚੋ, ਅੰਦਾਜ਼ਾ ਲਗਾਓ, ਐਸੇ ਥਾਂ ਤੋਂ ਜਾ ਕੇ ਕੋਈ ਸਾਨੂੰ ਨਿਆਂ ਦੀ, ਇਨਸਾਫ ਦੀ ਆਸ ਹੋ ਸਕਦੀ ਹੈ? ਇੱਥੋਂ ਹੀ ਚੱਲਿਆ ਜੀ, ਮੈਂ ਤੁਹਾਡੇ ਸਾਹਮਣੇ ਇਸ ਲਈ ਤੱਥਾਂ ਨਾਲ ਬੇਨਤੀ ਕੀਤੀ ਹੈ। ਇੱਕ ਖਿਆਲ ਕਰਿਓ, ਝਗੜੇ ਦਾ ਮੁੱਢ ਇਹੋ ਹੈ ਕਿਉਂਕਿ ਸ਼ਬਦ ਦੀ ਵਿਚਾਰ ਛੱਡ ਗਏ ਨੇ। ਅੱਜ ਵੀ ਸ਼ਬਦ ਦੀ ਵਿਚਾਰ 'ਤੇ ਇਕੱਠੇ ਹੋ ਜਾਣ, ਸਾਡਾ ਕੋਈ ਝਗੜਾ ਨਹੀਂ ਰਹਿੰਦਾ। ਇਹ ਫੈਸਲਾ ਵੀ ਗੁਰੂ ਕਹਿੰਦੇ ਨੇ, ਝਗੜਾ ਕਰਦਿਆਂ ਅਨੁਦਿਨ ਗੁਦਰੇ, ਝਗੜਾ ਕਰਦਿਆਂ ਅਨੁਦਿਨ ਗੁਦਰੇ, ਸ਼ਬਦ ਨਾ ਕਰੇ ਵਿਚਾਰ, ਸ਼ਬਦ ਨਾ